ਘਰੋਂ ਸਾਫ ਤੋਂ ਪੈਕ ਕਰਾ ਕੇ ਲਿਆਂਦਾ ਮੈਂ ਫੋਨ ਤੇ ਗੱਲ ਕਰਦੇ ਜਾ ਰਹੇ ਨੇ ਅਸੀਂ ਗਾਇਸ ਖਾਨ ਮਾਰਕੀਟ ਆ ਗਏ ਆ ਪੰਗੋ ਕੀ ਗੱਲ ਕਰਦੇ ਆ ਬੜਾ ਪਾਓ ਪਾਓ ਬਾਜੀ ਪੀਜ਼ਾ ਪੀਜ਼ਾ ਪੇਟੀ ਬੜਾ ਪੀਜ਼ਾ ਏ ਨਵੇਂ ਤਰੀਕੇ ਮੈਂ ਸਟੈਂਡ ਤੇ ਕੋਈ ਇੱਕਦਮ ਕੜੀ ਦੀ ਬਾਲਟੀ ਆ ਰੋੜ ਕੇ ਭੱਜ ਗਿਆ ਜੀ ਕੜੀ ਨੱਤਰਾਂ ਦੀ ਵੈਰੀਆਂ ਦਾ ਸਾਲ ਆ ਗਿਆ ਹੱਟ ਪਿੱਛੇ ਹੱਟ ਧਾਲੀ ਆਲ ਆ ਗਿਆ ਹੈਲੋ ਜੀ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਹਰਪਾਲ ਧਾਲੀਵਾਲ ਅਤੇ ਮਿੱਤਰੋ ਸਵੇਰ ਦੇ 8 ਵੱਜ ਚੁੱਕੇ ਨੇ ਮੈਂ ਰੈਡੀ ਹੋ ਚੁੱਕਿਆ ਸਮਾਨ ਪੈਕ ਹੋ ਚੁੱਕਿਆ ਹੈ ਕੱਲ੍ਹ ਦਾ ਦਿਨ ਮੈਂ ਸਿਰਫ ਸਮਾਨ ਪੈਕ ਕਰਨ 'ਤੇ ਲਾਇਆ 3 ਬੈਗ ਕੀਤੇ ਨੇ ਤੁਹਾਨੂੰ ਉਹਨੇ ਵਿਖਾਉਣਾ ਕਿਹੜਾ ਕੀ ਹਿਸਾਬ ਹੈ ਅਤੇ ਹੁਣ ਚੱਲਿਆ ਪਹਿਲਾਂ ਬਲਾਪੁਰ ਜਾਣਾ ਹੈ ਫਿਰ ਬਲਾਪੁਰੋਂ ਨਾਲ ਯਾਰ ਦੋਸਤ ਨਾਲ ਦਿੱਲੀ ਤੱਕ ਜਾਣਾ ਹੈ ਅਤੇ ਫਿਰ ਅੱਗੇ ਜਿਹੜਾ ਜਾਣਾ ਹੈ ਉਹ ਤਾਂ ਗਾਇਸ ਤੁਹਾਨੂੰ 2-4 ਵਲੋਗਾਂ 'ਚ ਪਤਾ ਲੱਗ ਹੀ ਜਾਣਾ ਹੈ ਅਤੇ ਫਿਲਹਾਲ ਨਿਕਲਦੇ ਹਾਂ ਯਾਰ ਕੱਲ੍ਹ ਪਰਸੋਂ ਦਾ ਨਾ ਮੌਸਮ ਇੰਨਾ ਜ਼ਿਆਦਾ ਠੰਡਾ ਹੋ ਗਿਆ ਜਿੰਨੀ ਠੰਡ ਨਹੀਂ ਪੈਣ ਡੀ ਜਿੰਨੀ ਧੁੰਦ ਨਹੀਂ ਪੈਣ ਡੀ ਉੰਨੀ ਵੇਖਿਓ ਯਾਰ ਹੁਣ ਕਿੰਨੀ ਪੈਣ ਡੀ ਜੇ ਆਪਕੋ ਕੁਝ ਦਿਖਣ ਹੀ ਨਹੀਂ ਡਿਆ ਕੁਝ ਦਿਖਣ ਹੀ ਨਹੀਂ ਡਿਆ ਮਤਲਬ ਸਾਡੇ ਡੰਗਰਾਂ ਤੱਕ ਮੇਨ ਗੇਟ ਹੀ ਨਹੀਂ ਦਿਖਣ ਡਿਆ ਸਾਡਾ ਚਲੋ ਚੱਲੀਏ ਚਾਹ ਚੋ ਪੀ ਲਈ ਡੈਡੀ ਹੋਣਾਂ ਨੇ ਮੈਨੂੰ ਛੱਡ ਕੇ ਹੋਣਗੇ ਅਤੇ ਆਹ ਆਪਣਾ ਪੁਰਾਣਾ ਬੈਗ ਇਹਨੇ ਦਿੱਲੀ ਤੱਕ ਸਾਥ ਦੇਣਾ ਅਤੇ ਇਹ 'ਚ ਵੈਕਿਊਮ ਮਰਵਾਉਣਾ ਪੈਣਾ ਯਾਰ ਬੈਗ ਗੰਦੇ ਹੋ ਜਾਣੇ ਚੱਲ ਉਹਨੂੰ ਰੱਖ ਉਹਦੇ ਉੱਤੇ ਇਹਨੂੰ ਰੱਖ ਦਿੰਦੇ ਹਾਂ ਅਤੇ ਇਹ ਆਪਣਾ ਬੈਗ ਅਟੈਚ ਹੀ ਦੱਸ ਰਹੀ ਹੈ ਕਿੱਥੇ ਜਾ ਰਹੀ ਹੈ ਲੰਮੇ ਪਾ ਦੇ ਕਿਉਂਕਿ ਆਹ ਗੰਦਾ ਨਹੀਂ ਨਾ ਕਰਨਾ ਕਿਹਨੂੰ ਮੈਨੂੰ ਇਹਦੇ ਵਿੱਚ ਆਹ ਵੀ ਰੱਖ ਦੇ ਬਈ ਆਪਣੇ ਬੈਗ ਰੈਡੀ ਨੇ ਚੱਲ ਆ ਇਹ ਹੁਣ ਤੁਹਾਨੂੰ ਥੋੜ੍ਹਾ ਲੇਟ ਪਤਾ ਲੱਗੇਗਾ ਜਾਂ 2 ਬੈਗ ਕਦੇ ਲਈ ਪੈਕ ਕੀਤੇ ਨੇ ਮੈਂ ਦਿੱਕਤ ਨਹੀਂ ਆਪਦੇ ਬੰਦ ਕਰ ਦੇ ਚੱਲ ਠੀਕ ਹੈ ਮਿੱਤਰ ਮਿਲਦੇ ਹਾਂ ਠੀਕ ਹੈ ਲਓ ਵੀ ਮਿੱਤਰੋ ਸਵੇਰ ਦੇ ਤੁਰੇ ਹਾਂ 8:15 ਵਜੇ ਦੇ ਬਲਾਪੁਰੋਂ ਅਤੇ ਹੁਣ 10:30 ਵਜੇ ਨੇ ਬ੍ਰੇਕਫਾਸਟ ਕਰਨ ਲੱਗੇ ਹਾਂ ਚਾਹ ਤੱਕ ਨਹੀਂ ਪੀਤੀ ਘਰੋਂ ਮੈਂ ਯਾਰ ਜੀ ਤਾਂ ਕਰ ਰਿਹਾ ਸੀ ਲੇਕਿਨ ਮੈਂ ਪੀਂਦਾ ਨਹੀਂ ਗਾ ਸਵੇਰੇ ਸਵੇਰੇ ਭੁੱਖ ਲੱਗੀ ਲੇਕਿਨ ਹੁਣ ਕੰਮ ਲੋਟ ਹੈ ਹੁਣ ਆਪਾਂ ਪਰੌਂਠੇ ਮੰਗਵਾਏ ਨੇ ਖਾਵਾਂਗੇ ਫਿਰ ਇੱਥੋਂ ਜਾਣਾ ਵਾ ਨੋਇਡਾ ਤੱਕ ਅਤੇ ਨੋਇਡਾ ਤੋਂ ਮੋਲੂ ਜੀ ਲੈਣ ਆ ਰਹੇ ਨੇ ਫਿਰ ਗਾੜੀ ਮੋਲੂ ਜੀ ਨਾਲ ਜਾਵਾਂਗੇ ਸਮਾਨ ਸਮੂਨ ਜ਼ਿਆਦਾ ਸੀ ਯਾਰ ਤਾਂ ਮੈਂ ਐਰਕਾਂ ਹੁਣ ਬੱਸ 'ਤੇ ਆ ਗਿਆ ਹਾਂ ਜਾਣਾ ਮੇਰੇ ਲਈ ਮੈਨੂੰ ਪਤਾ ਲੱਗ ਗਿਆ ਸੀ ਬਹੁਤ ਔਖਾ ਕੰਮ ਹੈ ਉਸ ਚੱਕਰ 'ਚ ਫਿਰ ਮੈਂ ਥੋੜ੍ਹੀ ਸਵਖਤੇ ਨਿਕਲਿਆ ਗੱਡੀ ਆਪਣੀ ਹੀ ਅਤੇ ਬਸ ਹੁਣ ਥੋੜ੍ਹੀ ਦੇਰ ਪਰਾਂਠੇ ਛਕਾਂਗੇ ਫਿਰ ਨਿਕਲਾਂਗੇ 1 ਘੰਟੇ ਦਾ ਰਾਹ ਇੱਥੋਂ ਮੁਸ਼ਕਿਲ ਨਾਲ ਨੋਇਡਾ ਦਾ ਫਿਰ ਗਾੜੀ ਲਾ ਲਓ ਮੈਕਸੀਮਮ 1 ਘੰਟੇ ਦਾ ਅਤੇ 1-2 ਵਜੇ ਤੱਕ ਫਲੈਟ ਪਹੁੰਚ ਜਾਵਾਂਗੇ ਹੁਣ ਬਸ ਪਰਾਂਠਿਆਂ ਦੀ ਵੇਟ ਹੋ ਰਹੀ ਹੈ ਮਜ਼ਾ ਆ ਗਿਆ ਬਈ ਤਵਾ ਪਰਾਂਠਾ ਖਾ ਕੇ ਮੈਂ ਤੰਦੂਰੀ ਨਹੀਂ ਲਾਈਕ ਕਰਦਾ ਤਵਾ ਹੀ ਖਾਣਾ ਹੈ ਅਤੇ ਹੁਣ ਚੱਲੀਏ ਬੈਕ ਟੂ ਬੇਸਿਕ ਆਪਣੇ ਫਲੈਟ ਵੱਲ ਨੂੰ ਗਾਜੀਪੁਰ ਬਾਰਡਰ 'ਤੇ ਉੱਤਰ ਗਿਆ ਮੈਂ ਆਹ ਵੇਖੋ ਗਾਜੀਪੁਰ ਬਾਰਡਰ ਇੱਥੇ ਧਰਨਾ ਲੱਗਦਾ ਹੁੰਦਾ ਸੀ ਉਦੋਂ ਇੱਥੇ ਸਾਰੇ ਤੁਰੀਦਾ ਫਿਰੀਦਾ ਸੀ ਅਸੀਂ ਇੱਥੇ ਥੱਲੇ ਉੱਕੇ ਡਾ ਕੇ ਬੈਠੇ ਹੁੰਦੇ ਸੀ ਸਾਰੇ ਜਣੇ ਹੁਣ ਮੋਲੂ ਜੀ ਇੱਥੇ ਹੀ ਆ ਰਹੇ ਨੇ ਫਿਰ ਚੱਲਦੇ ਹਾਂ ਘਰੋਂ ਸਾਫ ਤੋਂ ਪੈਕ ਕਰਾ ਕੇ ਲਿਆਂਦਾ ਮੈਂ ਸਾਫ ਤੋਂ ਵੀ ਖਾਵਾਂਗੇ ਅਤੇ ਆਹ ਅਟੈਚੀ ਤੁਹਾਨੂੰ ਪਤਾ ਹੀ ਹੈ ਫਿਰ ਇੱਧਰ 'ਤੇ ਆਏਂਗੇ ਮੋਲੂ ਜੀ ਵੇਖਣ ਡਿਓ ਗੱਲਬਾਤ ਪੂਰੀ ਗੱਲਬਾਤ ਫੋਨ 'ਤੇ ਗੱਲ ਕਰਦੇ ਜਾ ਰਹੇ ਨੇ ਪੂਰੀ ਐਨ ਆ ਗਈ ਆਪਣੀ ਸਵਿਫਟ ਆ ਗਈ ਆ ਗਈ ਆ ਗਈ ਆ ਗਈ ਆ ਗਈ ਆ ਗਈ ਆਪਣੇ ਫਲੈਟ ਪਹੁੰਚ ਚੁੱਕੇ ਹਾਂ ਹੁਣ ਥੋੜ੍ਹਾ ਰੈਸਟ ਲਾਂਗੇ ਕੁਛ ਖਾਵਾਂਗੇ ਪੀਵਾਂਗੇ ਫਿਰ ਉਸ 'ਚ ਵੜਾਂਗੇ ਫਿਰ ਗੱਲਾਂ ਕਰਦੇ ਹਾਂ ਦੀ ਨੈਕਸਟ ਡੇ ਅਤੇ ਹਾਂਜੀ ਮਿੱਤਰੋ ਰੈਡੀ ਸ਼ੇਡੀ ਹੋ ਗਏ ਹਾਂ ਹੁਣ ਨਿਕਲਣ ਲੱਗੇ ਹਾਂ ਅਤੇ ਯਾਰ ਕੱਲ੍ਹ ਜਦੋਂ ਮੈਂ ਆਇਆ ਆ ਕੇ ਮੈਂ ਥੱਕ ਜ਼ਿਆਦਾ ਗਿਆ ਹਾਂ ਅਤੇ ਰੈਸਟ ਕੀਤਾ ਫਿਰ ਸ਼ਾਮਾਂ ਨੂੰ ਡਿਨਰ ਵਿਨਰ ਕਰਨ ਥੋੜ੍ਹਾ ਘੁੰਮਣ MKT ਚਲ ਗਏ ਮੇਰਾ ਵਲੋਗ ਬਣਾਉਣ ਦਾ ਮਨ ਨਹੀਂ ਕੀਤਾ ਮੈਂ ਬਣਾਇਆ ਬਣਾਇਆ ਨਹੀਂ ਅਤੇ ਅੱਜ ਪੂਰੀ ਐਨਰਜੀ ਦੇ ਨਾਲ ਬਹਿ ਗਏ ਅਤੇ ਹੁਣ ਤੁਹਾਨੂੰ ਮਜ਼ਾ ਆਊਗਾ ਆਓ ਚੱਲੀਏ ਅਤੇ ਟੀਮ ਨਿਕਲੀਏ ਅੱਜ 25 ਦਸੰਬਰ ਹੈ ਘੜੀ 'ਤੇ ਮੈਂ ਉੱਦਾਂ ਹੀ ਵੇਖ ਰਿਹਾ ਘੜੀ ਮੇਰੀ ਬੰਦ ਹੈ ਅਤੇ ਬੰਗਲਾ ਸਾਹਿਬ ਜਾ ਰਿਹਾ ਸੀ 1.5 ਘੰਟੇ ਦਾ ਰਾਹ ਸੀ ਹੁਣ 10 ਮਿੰਟ ਦਾ ਬਚਿਆ ਵਾ ਅਤੇ ਅੱਜ ਦੀ ਸ਼ੁਰੂਆਤ ਜਿਹੜੀ ਹੋਏਗੀ ਆਪਣੀ ਬੰਗਲਾ ਸਾਹਿਬ ਗੁਰਦੁਆਰੇ ਮੱਥਾ ਟੇਕ ਕੇ ਹੋਏਗੀ ਅਤੇ ਬਸ 2-4 ਮਿੰਟ 'ਚ ਆਪਾਂ ਪਹੁੰਚ ਜਾਣਾ ਵਾ
हमेशा की तरह टाइम बचाते हुए सानू इन्ना ज़्यादा ट्रैफिक मिलिया इतने राह हाडा ही अद्धे घंटे का अद्धा घंटा सानू यू टर्न लैके सी पी तो गड्डी पार्क करन चे लग गया। चलो कोई गल नहीं अं गाइस खान मार्केट आ गए हाँ। अं इत थोड़ी देर कुछ घूमेंगे फिरेंगे, खाण पीन का भी इरादा है, लेकिन एक दो जगह गए हाँ उत्ते अद्धे अद्धे पौने पौने घंटे की वेटिंग है। तो सानू वेने कोई सही जी जगह होर लभ जाए, क्योंकि यार तुहानू पता आपां वधिया जगह लभण डे हाँ, तो वधिया जगह से अद्धा अद्धा पौना पौना घंटा वेटिंग हैगी है। पंगू गाइस पंगू वेखो कुछ कर रहा है, गाड़ी परचा फड़ाता जे के कॉफी पी ला चलो बेस्ट ही चलो बेस्ट बेस्ट तो चलो बेस्ट वीडियो चा गल कहन डिया वीडियो बाद चो दस दी मैनू जिथे तेरा जिक्र है टाउन हॉल तो पता किया टाउन हॉल वाले कहते ने अद्धा पौना घंटा लगो के चलो चलिए अद्धा पौना घंटा लग रहा हर जगह से। तो मित्रों आप खान मार्केट लभन डे हाँ कि वधिया जगह पर बह गए थोड़ा खा पी लीए क्योंकि ज़्यादा भुख है नहीं आप दो तीन कैफे कुफे वेखे यार कितने अद्धा घंटा वेटिंग कितने एक घंटा वेटिंग तो हूँ आ वा सोडा बोटल ओपनर वाला तो उत्थे सानू जगह मिल गई है। तो फिलहाल आप दो पीज़े कराए ने एक मशरूम पीज़ा है तो एक कोई चिकन पीज़ा है तो एक वड़ा पाव मिलया ही तो वड़ा पाव वेख के मेरा थोड़ा जहा मन किया मैं क्या चलो वड़ा पाव ट्राई करते हैं हूँ ऑर्डर दिता है हल्का फुल्का खाइए तो तुम दसते हैं कि है। मैंगो भाई वड़ा पाव आ गया जी वड़ा पाव वड़ा पाव पिज़्ज़ा तो भाई जी कहता एक ही हो पाऊगा लेकिन वड़ा पाव खा लो वड़ा पाव खा लें मैं ना वड़ा पाव खा डिया मैं मेरी मिर्च मोगी मैं मिर्च मंगाई अके ने मैनू कोली भर के लिया थी पहला एक पिज़्ज़ा थी पूरे वड़ा पाव ना हूँ पूरी कोली भर के लिया कहते थी लियाओ पिज़्ज़ा पिज़्ज़ा लियाओ मशरूम पिज़्ज़ा लिया लियाओ वड़ा पाओ पाओ भाजी पिज़्ज़ा पिज़्ज़ा पेटी वाला पिज़्ज़ा है नवे तरीके चलो आ जाओ आ जाओ ते गाय जिन्ना मजा आया उत्थे खाण पीन दा अखीर च फलूदा जदों मंगाया ना उन्हें सिर्फ फोटो खिंचदा तुहाडी गाय जिन्ना दी मैं फोटो खिंचदा एक मिनट मित्रों मैं तुहानू दस मस्टैंग ते कोई कड़ी डोल गया जे एकदम अच्छा फोटो खिंचनी है भाई जी ने टैग ते लगाता तू टैग ते बह गए तू नहीं पता लगना हाँ सही है मस्टैंग ते कोई एकदम कड़ी दी बाल्टी है रोड के भज गया जे ते गाइस हुण आपां आ गए अपने फ्लैट ते यार थक थुक बड़ा गए क्योंकि कॉफ़ी पीण गए कॉफ़ी कॉफ़ी पीती थोड़ा चिल चुल किया तो आराम ना आ गए तो थके बहुत पे हैं सवेरे जल्दी फिर उठना है और रात दे एक दो बज गए ने हूँ सोवेंगे रैसट करा तो अज का ब्लॉग वधिया लग्या लाइक कमेंट चैनल में सबसक्राइब करके जायो तो मैं इंस्टाग्राम से स्नैपचैट से थले डिस्क्रिप्शन च लिंक पिया है फॉलो करो बस इस तरह प्यार देंगे रहो मिलेंगे अगले ब्लॉग के।